ਕੋਰੋਨਾ ਵਾਇਰਸ ਤੋਂ ਕਰੀਏ ਬਚਾਅ, ਅਪਣਾਈਏ ਤੰਦਰੁਸਤੀ ਦੀ ਰਾਹ। ਨੋਵਲ ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਣ ਲਈ ਜਾਣੋ ਇਸ ਦੇ ਲੱਛਣਾਂ ਨੂੰ। ਮੁੱਖ ਲੱਛਣ: ਬੁਖਾਰ, ਸੁੱਕੀ ਖਾਂਸੀ, ਸਾਹ ਲੈਣ ਵਿੱਚ ਤਕਲੀਫ, ਥਕਾਵਟ, ਕੁਝ ਮਰੀਜ਼ਾਂ ਵਿੱਚ ਦਰਦ, ਵਗਦਾ ਨੱਕ, ਗਲੇ 'ਚ ਖਾਰਸ਼ ਤੇ ਦਸਤ ਵੀ ਹੋ ਸਕਦੇ ਨੇ ਲੱਛਣ। ਫੈਲਣ ਦੇ ਕਾਰਨ ਜਾਣੋ। ਪੀੜਤ ਵਿਅਕਤੀ ਦੇ ਲਗਭਗ 1 ਮੀਟਰ ਦੇ ਸੰਪਰਕ ਵਿੱਚ ਆਉਣ ਨਾਲ ਨੱਕ, ਮੂੰਹ ਦੇ ਛਿੱਟੇ, ਖੰਘ ਜਾਂ ਥੁੱਕ ਦੇ ਛਿੱਟੇ ਸਾਹ ਰਾਹੀਂ ਕਿਸੇ ਵੀ ਰੂਪ ਵਿੱਚ ਸਾਡੇ ਅੰਦਰ ਜਾਣ ਨਾਲ ਫੈਲ ਸਕਦੀ ਹੈ ਬਿਮਾਰੀ। ਬਚਾਅ ਦੇ ਤਰੀਕੇ ਅਪਣਾਓ। ਹਰ ਵਿਅਕਤੀ ਨੂੰ 1 ਦੂਜੇ ਤੋਂ 1 ਮੀਟਰ ਦਾ ਫਾਸਲਾ ਰੱਖਣਾ ਜ਼ਰੂਰੀ ਹੈ। ਕਿਸੇ ਨਾਲ ਹੱਥ ਮਿਲਾਉਣ ਤੇ ਗਲੇ ਮਿਲਣ ਤੋਂ ਗੁਰੇਜ਼ ਕਰਦਿਆਂ ਦੂਰੋਂ ਹੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਤੇ ਦਾ ਸਲੀਕਾ ਮੁੜ ਅਪਣਾਈਏ। ਸਿਹਤਮੰਦ ਵਿਅਕਤੀ ਨੂੰ ਮਾਸਕ ਦੀ ਜ਼ਰੂਰਤ ਨਹੀਂ, ਪਰ ਖੰਘ ਦੇ ਛਿੱਕ ਦੇ ਸਮੇਂ ਰੁਮਾਲ, ਟਿਸ਼ੂ ਪੇਪਰ ਜਾਂ ਕੂਣੀ ਨਾਲ ਮੂੰਹ ਢੱਕਣਾ ਨਾ ਭੁੱਲਣਾ। ਸਮੇਂ ਸਮੇਂ ਤੇ ਸਾਬਣ, ਨਿੰਬੂ, ਐਲਕੋਹਲ ਬੇਸਡ ਹੈਂਡ ਸੈਨੇਟਾਈਜ਼ਰ ਨਾਲ ਹੱਥ ਧੋਂਦੇ ਰਹੋ। ਭੀੜ ਵਾਲੀਆਂ ਥਾਵਾਂ ਤੇ ਨਾ ਜਾਓ। ਜੇ ਕੋਰੋਨਾ ਵਾਇਰਸ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੈਸ਼ਨਲ ਤੇ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਸਥਾਪਿਤ ਕਰੋ। 91-88-720-90-029, 91-172-29-20-74 ਡਾਇਲ ਕਰੋ 104। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਨ ਹਿੱਤ ਵਿੱਚ ਜਾਰੀ